ਲੁਟੇਰਿਆਂ ਦੇ ਹੌਸਲੇ ਕਿੰਨੇ ਬੁਲੰਦ ਨੇ, ਇਸ ਦੀ ਗਵਾਹੀ ਭਰਦੀਆਂ ਨੇ ਇਹ ਸੀਸੀਟੀਵੀ ਤਸਵੀਰਾਂ। ਜ਼ਰਾ ਗੌਰ ਨਾਲ ਦੇਖੋ, ਐਕਟਿਵਾ ਤੇ ਸਵਾਰ ਹੋਇਆ ਲੁਟੇਰਾ ਇੱਕ ਕੁੜੀ ਦਾ ਮੋਬਾਈਲ ਫੋਨ ਖੋ ਕੇ ਫਰਾਰ ਹੋ ਗਿਆ। ਕੁੜੀ ਨੇ ਕੂਕ ਰੌਲਾ ਪਾਇਆ, ਚੀਕ ਚਿਹਾੜਾ ਪਾ ਦਿੱਤਾ, ਪਰ ਇਹ ਲੁਟੇਰਾ ਇੱਥੋਂ ਫਰਾਰ ਹੋ ਗਿਆ। ਹਾਲਾਂਕਿ ਇਸ ਦਾ ਪਿੱਛਾ ਕਰਨ ਦੀ ਕੋਸ਼ਿਸ਼ ਕੀਤੀ, ਪਰ ਇਹ ਲੁਟੇਰਾ ਉਦੋਂ ਤੱਕ ਦੂਰ ਨਿਕਲ ਚੁੱਕਿਆ ਸੀ। ਮੋਹਾਲੀ ਦੇ ਜ਼ੀਰਕਪੁਰ ਦੀਆਂ ਇਹ ਤਸਵੀਰਾਂ ਨੇ। ਪ੍ਰੀਤ ਕਲੋਨੀ ਦੇ ਵਿੱਚ ਐਕਟਿਵਾ ਸਵਾਰ ਲੁਟੇਰੇ ਨੇ ਇਹ ਕਾਰਨਾਮਾ ਕੀਤਾ, ਦਿਨ ਦਿਹਾੜੇ ਪੈਦਲ ਜਾ ਰਹੀ ਕੁੜੀ ਦਾ ਮੋਬਾਈਲ ਫੋਨ ਖੋ ਲਿਆ ਔਰ ਮੌਕੇ ਤੋਂ ਫਰਾਰ ਹੋ ਗਿਆ। ਇਹ ਲੁਟੇਰਾ ਲੁੱਟ ਤੋਂ ਬਾਅਦ ਅੰਬਾਲਾ ਰੋਡ ਵੱਲ ਫਰਾਰ ਹੋਇਆ ਹੈ। ਮੋਬਾਈਲ ਦੇ ਕਵਰ ਦੇ ਵਿੱਚ 3000 ਰੁਪਿਆ ਇਸ ਕੁੜੀ ਨੇ ਰੱਖਿਆ ਹੋਇਆ ਸੀ, ਜੋ ਉਹ ਵੀ ਨਾਲ ਚਲਾ ਗਿਆ। ਤਾਂ ਪੂਰਾ ਕਾਰਨਾਮਾ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋਇਆ, ਕਿਸ ਤਰੀਕੇ ਦੇ ਨਾਲ ਲੁੱਟ ਤੋਂ ਬਾਅਦ ਇਹ ਲੁਟੇਰਾ ਐਕਟਿਵਾ ਤੇ ਭੱਜਦਾ ਹੋਇਆ ਨਜ਼ਰ ਆ ਰਿਹਾ। ਲੜਕੀ ਨੇ ਇਸ ਦਾ ਪਿੱਛਾ ਕੀਤਾ, ਪਰ ਇਹ ਕਾਬੂ ਦੇ ਵਿੱਚ ਨਹੀਂ ਆਇਆ। ਸੀਸੀਟੀਵੀ ਤਸਵੀਰਾਂ ਦੇ ਵਿੱਚ ਇਸ ਦੀ ਸ਼ਕਲ, ਇਸ ਦੀ ਐਕਟਿਵਾ ਕੈਦ ਹੋਈ ਹੈ ਔਰ ਲੜਕੀ ਨੇ ਇਸ ਨੂੰ ਫੜਨ ਦੀ ਕੋਸ਼ਿਸ਼ ਕੀਤੀ, ਇਸ ਦੇ ਪਿੱਛੇ ਵੀ ਭੱਜੀ, ਪਰ ਉਦੋਂ ਤੱਕ ਇਹ ਲੁਟੇਰਾ ਅੰਬਾਲਾ ਰੋਡ ਵੱਲ ਫਰਾਰ ਹੋ ਚੁੱਕਿਆ ਸੀ। ਲੜਕੀ ਦਾ ਮੋਬਾਈਲ ਇਸ ਨੇ ਝਪਟ ਲਿਆ। ਕਵਰ ਦੇ ਵਿੱਚ ਲੜਕੀ ਨੇ 3000 ਰੁਪਿਆ ਰੱਖਿਆ ਹੋਇਆ ਸੀ। ਮੈਂ ਖੇੜਾ ਮੰਦਿਰ ਸੇ ਕਾਮ ਕਰਕੇ ਆ ਰਹੀ ਥੀ, ਦੂਸਰੀ ਜਗ੍ਹਾ ਜਾ ਰਹੀ ਥੀ ਕਾਮ ਪਰ, ਹਾਥ ਮੇਂ ਪਕੜੇ ਥੇ, ਪੀਛੇ ਸੇ ਐਕਟਿਵਾ ਆਈ, ਉਸਨੇ ਛੀਨ ਲਿਆ। ਤੋ ਐਕਟਿਵਾ ਮੇਂ ਕਿਤਨੇ ਲੋਗ ਥੇ? ਇੱਕ ਬੰਦਾ ਥਾ। ਇੱਕ ਹੀ ਬੰਦਾ ਥਾ, ਵਹੀ ਸਨੈਚ ਕਰਕੇ ਲੈ ਗਿਆ? ਹਾਂਜੀ। ਠੀਕ ਹੈ, ਉਸਕੇ ਇਲਾਵਾ ਮੋਬਾਈਲ ਕੌਨ ਸਾ, ਮੋਬਾਈਲ ਕੌਨ ਸਾ ਥਾ? ਰੈਡਮੀ 12। ਤੋ ਅਭੀ ਲਿਆ ਥਾ ਯੇ ਆਪਨੇ? ਹਾਂ, 3 ਮਹੀਨੇ ਪਹਿਲੇ ਲਿਆ। ਕਿਤਨੀ ਕੀਮਤ ਹੈ ਇਸਕੀ? 12,500 ਕਾ ਲਿਆ ਥਾ। ਔਰ ਇਸਕੇ ਇਲਾਵਾ ਕਿਆ ਥਾ ਉਸਮੇ ਮੋਬਾਈਲ ਮੇਂ? ਉਸਮੇ ਪੀਛੇ 3,000 ਰੁਪਏ ਲਗੇ ਥੇ ਔਰ ਮੈਨੇ ਯੇ ਅਕਾਊਂਟ ਖੁਲਵਾਇਆ ਥਾ, ਉਸਮੇ 2,000 ਰੁਪਏ ਥੇ। ਔਰ ਪੁਲਿਸ ਕੋ ਸ਼ਿਕਾਇਤ ਆਪਨੇ ਕਰ ਦੀ? ਅਭੀ ਨਹੀਂ। ਅਭੀ ਨਹੀਂ ਕੀ, ਕਰੇਂਗੇ ਪੁਲਿਸ ਕੋ ਸ਼ਿਕਾਇਤ? ਹਾਂਜੀ। ਤੋ ਆਪਕੋ ਕਿਆ ਲਗਤਾ ਹੈ ਕਿ ਵੋ ਬੰਦਾ ਆਪਕੇ ਪਹਿਲੇ ਕਭੀ ਦੇਖਾ ਹੈ ਜਿਸਨੇ ਮੋਬਾਈਲ ਚੁਰਾਇਆ? ਨਹੀਂ, ਮੈਨੇ ਨਹੀਂ ਦੇਖਾ। ਲੁਟੇਰਿਆਂ ਦੇ ਹੌਸਲੇ ਕਿੰਨੇ ਬੁਲੰਦ ਨੇ, ਇਸ ਦੀ ਗਵਾਹੀ ਭਰਦੀਆਂ ਨੇ ਇਹ ਸੀਸੀਟੀਵੀ ਤਸਵੀਰਾਂ। ਜ਼ਰਾ ਗੌਰ ਨਾਲ ਦੇਖੋ, ਐਕਟਿਵਾ ਤੇ ਸਵਾਰ ਹੋਇਆ ਲੁਟੇਰਾ ਇੱਕ ਕੁੜੀ ਦਾ ਮੋਬਾਈਲ ਫੋਨ ਖੋ ਕੇ ਫਰਾਰ ਹੋ ਗਿਆ। ਕੁੜੀ ਨੇ ਕੂਕ ਰੌਲਾ ਪਾਇਆ, ਚੀਕ ਚਿਹਾੜਾ ਪਾ ਦਿੱਤਾ, ਪਰ ਇਹ ਲੁਟੇਰਾ ਇੱਥੋਂ ਫਰਾਰ ਹੋ ਗਿਆ। ਹਾਲਾਂਕਿ ਇਸ ਦਾ ਪਿੱਛਾ ਕਰਨ ਦੀ ਕੋਸ਼ਿਸ਼ ਕੀਤੀ, ਪਰ ਇਹ ਲੁਟੇਰਾ ਉਦੋਂ ਤੱਕ ਦੂਰ ਨਿਕਲ ਚੁੱਕਿਆ ਸੀ। ਮੋਹਾਲੀ ਦੇ ਜ਼ੀਰਕਪੁਰ ਦੀਆਂ ਇਹ ਤਸਵੀਰਾਂ ਨੇ। ਪ੍ਰੀਤ ਕਲੋਨੀ ਦੇ ਵਿੱਚ ਐਕਟਿਵਾ ਸਵਾਰ ਲੁਟੇਰੇ ਨੇ ਇਹ ਕਾਰਨਾਮਾ ਕੀਤਾ, ਦਿਨ ਦਿਹਾੜੇ ਪੈਦਲ ਜਾ ਰਹੀ ਕੁੜੀ ਦਾ ਮੋਬਾਈਲ ਫੋਨ ਖੋ ਲਿਆ ਔਰ ਮੌਕੇ ਤੋਂ ਫਰਾਰ ਹੋ ਗਿਆ। ਇਹ ਲੁਟੇਰਾ ਲੁੱਟ ਤੋਂ ਬਾਅਦ ਅੰਬਾਲਾ ਰੋਡ ਵੱਲ ਫਰਾਰ ਹੋਇਆ ਹੈ। ਮੋਬਾਈਲ ਦੇ ਕਵਰ ਦੇ ਵਿੱਚ 3,000 ਰੁਪਿਆ ਇਸ ਕੁੜੀ ਨੇ ਰੱਖਿਆ ਹੋਇਆ ਸੀ, ਜੋ ਉਹ ਵੀ ਨਾਲ ਚਲਾ ਗਿਆ। ਤਾਂ ਪੂਰਾ ਕਾਰਨਾਮਾ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋਇਆ, ਕਿਸ ਤਰੀਕੇ ਦੇ ਨਾਲ ਲੁੱਟ ਤੋਂ ਬਾਅਦ ਇਹ ਲੁਟੇਰਾ ਐਕਟਿਵਾ ਤੇ ਭੱਜਦਾ ਹੋਇਆ ਨਜ਼ਰ ਆ ਰਿਹਾ। ਲੜਕੀ ਨੇ ਇਸ ਦਾ ਪਿੱਛਾ ਕੀਤਾ, ਪਰ ਇਹ ਕਾਬੂ ਦੇ ਵਿੱਚ ਨਹੀਂ ਆਇਆ। ਸੀਸੀਟੀਵੀ ਤਸਵੀਰਾਂ ਦੇ ਵਿੱਚ ਇਸ ਦੀ ਸ਼ਕਲ, ਇਸ ਦੀ ਐਕਟਿਵਾ ਕੈਦ ਹੋਈ ਹੈ ਔਰ ਲੜਕੀ ਨੇ ਇਸ ਨੂੰ ਫੜਨ ਦੀ ਕੋਸ਼ਿਸ਼ ਕੀਤੀ, ਇਸ ਦੇ ਪਿੱਛੇ ਵੀ ਭੱਜੀ, ਪਰ ਉਦੋਂ ਤੱਕ ਇਹ ਲੁਟੇਰਾ ਅੰਬਾਲਾ ਰੋਡ ਵੱਲ ਫਰਾਰ ਹੋ ਚੁੱਕਿਆ ਸੀ। ਲੜਕੀ ਦਾ ਮੋਬਾਈਲ ਇਸ ਨੇ ਝਪਟ ਲਿਆ। ਕਵਰ ਦੇ ਵਿੱਚ ਲੜਕੀ ਨੇ 3,000 ਰੁਪਿਆ ਰੱਖਿਆ ਹੋਇਆ ਸੀ। Thank you.
मैं खेड़ा मंदिर से काम करके आ रही थी, दूसरी जगह जा रही थी काम पे, हाथ में पकड़े थे, पीछे से एक्टिवा आई, उसने छीन लिया। तो एक्टिवा में कितने लोग थे? एक बंदा था। एक ही बंदा था, वही स्नैच करके ले गया? हाँ जी। ठीक है, उसके अलावा मोबाइल कौन सा था? रेडमी 12। तो अभी लिया था ये आपने? हाँ, 3 महीने पहले लिया। कितनी कीमत है इसकी? 12,500 का लिया था। और इसके अलावा क्या था उसमें मोबाइल में? उसमें पीछे 3,000 रुपए लगे थे और मैंने ये अकाउंट खुलवाया था उसमें 2,000 रुपए थे। और पुलिस को शिकायत आपने कर दी? अभी नहीं की, करेंगे पुलिस को शिकायत। हाँ जी। तो आपको क्या लगता है कि वो बंदा आपके पहले कभी देखा है जिसने मोबाइल चुराया? नहीं, मैंने नहीं देखा।